ਥੋੜ੍ਹਾ ਥੋੜ੍ਹਾ ਕਰ ਤਸ਼ਰੀਫ ਲਾਇਆ ਜਿਹੜੇ ਪਿੱਛੇ ਬੈਠੇ ਮਿਹਰਬਾਨੀ ਜੀ ਸਲਵਾਤ ਪੜ੍ਹੋ ਮੁਹੰਮਦ ਵਾਹਿਗੁਰੂ ਚਾਹ ਲਵੋ ਥੱਲੇ ਰੱਖੋ ਜੀ ਇਹ ਕੋਈ ਨਹੀਂ ਨਾ ਮੇਰੇ ਵਾਸਤੇ ਥੋੜੇ ਨਵੇਂ ਬੈਠੇ ਲੱਖਾਂ ਬੈਠੇ ਹੋ ਇਬਾਦਤ ਸਾਰੇ ਕਰੋ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹੋ ਆਪਣੇ ਆਪਣੇ ਗੁਨਾਹ ਦੀ ਬਖਸ਼ਿਸ਼ ਵਾਸਤੇ ਵੀ ਤਕਲੀਫ ਕਰੋ ਸਲਵਾਤ ਜੀ ਪੜ੍ਹ ਲਓ ਨਾਰੇ ਤਕਬੀਰ ਨਾਰੇ ਰਸਾਲਤ ਨਾਰੇ ਹੈਦਰੀ ਹੁਸੈਨੀਅਤ ਯਜ਼ੀਦੀਅਤ ਅਹਿਲ ਬੈਤ ਦੇ ਦੁਸ਼ਮਨ ਤੇ ਲਾਨਤ
پاک سیدہ دے دشمن تے لعنت اے سبحان اللہ. جی صلوات پڑھو خاندان تدی کائنات دا خالق تہاڈی مقدس بارگاہ وچ آیا منظور و مقبول فرمایا بانیان مجالس دی مالک توفیقات وچ اس تو زیادہ اضافہ فرمایا جتنے بیمار ہیں مالک شفا عطا فرمائے جتنے بے اولاد ہیں خالق اولاد نرینہ عطا فرمائے اس ذکر دی عظمت دا صدقہ خالق کائنات تو اکو ساکوں کہیں دا محتاج نہ کرے ہمیشہ یہ ذکر نصیب ہوئے امام حسین دے سونے آزاد تشریف فرماؤ سونے انداز نال بیٹھے سن لے ہو ان کے حق کے غریباں دا ذکر سنا میں سیدا تو مہمان داؤد خیل سے لمبی والی گھر حکم دی تعمیل حاضر سے جتنا ایک پڑھ سکوں میں خلوص نال پڑھ سکوں اور امید رکھدا تو سبھی سارے حضرات خلوص نیت نال سن گھبرائے تو نہیں نا بیٹھے بابا بسم اللہ جی اللہ اہل بیت تنو رنگ لاوے میں ہر مجلس دعا ایک ضروری سمجھدا مومنین واسطے جڑے یقین نا آمین سارے آکسو مالک جڑے سکھ دے ہن انہاں کو 14 دا سوار بنا ایک تھوڑا جی گزارش کیتی ہے میں کہ تھوڑا تھوڑا اگر اگے آ جاؤ تو بڑی مہربانی ہو سکے تسا بھی مہربانی ہو سی اگر آ جاؤ تو ایک مجلس تک ماحول لیا مہربانی جناب مہربانی جناب بڑی مہربانی اللہ تو کو باز رکھے زندہ و سلامت رہو بسم اللہ جی اگر اجازت ہوئے تو ایک جو شیر مسدس نے سنا ایک سلوات پڑھو اونچی آواز نال پڑھو کوشش کرو اگر اس تم بلند سلوات پڑھ سکتے ہو تو پڑھ لو
ਸਾਹਿਬ ਦੇ ਆਸ਼ਿਕ ਲੋਕ ਤਸ਼ਰੀਫ ਫਰਮਾਓ। ਇੱਕ ਵੈਣ ਪੜੇ ਸ਼ਬੀਰ ਦੇ ਪੁੱਤਰ ਅਮਨ ਦੀਆਂ ਪਲੀਆਂ
ਸੈਣੀ ਉਸ ਮਕਾਮ ਤੇ ਆਏ ਜਿੱਥਾ ਵਣ ਦੇ ਰਾਧੀਆਂ ਲੈਣਾ ਸਦਕੇ ਨੌ ਮੀਲ ਸ਼ਾਮ ਤੋਂ ਬਾਅਦ ਪਹੁੰਚੀਆਂ ਪਰਵਾਹ ਨਾ ਮਿਲੇ ਬਤੂਰ ਦੀਆਂ ਧੀਆਂ ਪੈਦਲ ਤੁਰਦੇ ਆਵੇ ਸਦਕੇ ਇਹ ਰੁੱਕਾ ਜਲਾਵੇ ਸੱਜਾ ਦੇ ਪੜੇ ਸਦਕੇ ਸੈਦੀ ਅੱਖੀ ਦੀ ਰੰਗਤ ਤਬਦੀਲ ਹੋਈਏ ਬਜਾਏ ਪਾਣੀ ਦੇ ਰੱਦ ਜਾਰੀ ਹੋਈਏ ਇਸ ਜ਼ਿਕਰ ਦੇ ਅਜ਼ਮਤ ਦਾ ਸਦਕਾ ਖਾਲਿਕ ਕਾਇਨਾਤ ਤੁਹਾਡੇ ਸਾਰੇ ਸਗੀਰਾ ਔਰ ਕਬੀਰਾ ਗੁਨਾਹ ਮਾਫ਼ ਫਰਮਾਏ ਇੰਜ ਹੱਕ ਤੇ ਮੁਕਾਰ ਨੇ ਬੰਦਾ ਹੁਸੈਨ ਬਾਦਸ਼ਾਹ ਫਰਮੈਦਮ ਜਿਹੜਾ ਬੰਦਾ ਮੈਂ ਖਰੋਂਦਾ ਹੈ ਨਾ ਤੁਸੀਂ ਰੋਂਦੇ ਹੋ ਇਮਾਮ ਹੁਸੈਨ ਕੋ ਤੁਹਾਡੇ ਵਾਸਤੇ ਇੱਕ ਪੈਗਾਮ ਹੈ ਫਰਮੈਦਮ ਜਿਹੜਾ ਬੰਦਾ ਮੈਂ ਖਰੋਂਦਾ ਹੈ ਨਾ ਕਬਰ ਦੀ ਪਹਿਲੀ ਰਾਤ ਮੈਂ ਉਹਦੀ ਜ਼ਿਆਰਤ ਜ਼ਰੂਰ ਕਰੇ ਸੀ ਜਿਸ ਦੀ ਕਬਰ ਚ ਹੁਸੈਨ ਬਾਦਸ਼ਾਹ ਖੁਦ ਤਸ਼ਰੀਫ ਫਰਮਾ ਹੋਵੇ ਕਹਿੰਦੀ ਜ਼ਰੂਰਤ ਨਹੀਂ ਉਹ ਆਮ ਬੰਦਾ ਨਹੀਂ ਦੂਰ ਦਰਾਜ ਸਫ਼ਰ ਵੀ ਹੈ ਲੇਕਿਨ ਮਜਲਿਸ ਮੁਕੰਮਲ ਵੀ ਕਰਨਾ ਚਾਹੁੰਦਾ ਅਗਰ ਤੁਸੀਂ ਆਖੋ ਤਾਂ ਮੈਂ ਇੱਕ ਦੋ ਕਸੀਦੇ ਪੜ੍ਹ ਸਕਦਾ ਇਜਾਜ਼ਤ ਹੋਵੇ ਤਾਂ ਇੱਕ ਦੋ ਕਸੀਦੇ ਸੁਣਾ ਇੱਕ ਕਸੀਦਿਆਂ ਦੀ ਸਲਵਾਤ ਪੜ੍ਹੋ ਆਵਾਜ਼ ਦੇ ਬੋਲਣ ਕੋਸ਼ਿਸ਼ ਕਰੋ ਇਸ ਨੂੰ ਅਗਰ ਇੱਕ ਬੁਲੰਦ ਸਲਵਾਤ ਪੜ੍ਹ ਲਓ ਖਾਨਦਾਨ ਕਸੀਦਾ ਸਰਕਾਰੇ ਹੁਸੈਨ ਬਾਦਸ਼ਾਹ ਦਾ ਅਗਰ ਸੁਣਨ ਦੇ ਮੂਡ ਚ ਹੋਵੋ ਤਾਂ ਮੈਂ ਪੜ੍ਹਦਾ ਕਸੀਦਾ ਬਹੁਤ ਅੱਛਾ ਜੇ ਲਿਖਾ ਹੈ ਅੱਲਾ ਉਸਦੀ ਕਲਮ ਵਿੱਚ ਹੋਰ ਤਾਕਤ ਤਾ ਮੈਂ ਕੋ ਆਪਣੇ ਆਪ ਨੂੰ ਪਸੰਦ ਵੀ ਪਾਉ ਹੈ ਉਮੀਦ ਤੋਂ ਕੋ ਪਸੰਦ ਜ਼ਰੂਰ ਆ ਸੀ ਇੱਕ ਸਲਵਾਤ ਕਸੀਦੇ ਵਾਲੀ ਪੜ੍ਹੋ ਤਾਂ ਸ਼ੇਰ ਕਸੀਦੇ ਦੇ ਸੁਣੋ ਕੌਣ ਹੁਸੈਨ ਕਿਸ ਅਜ਼ਮਤ ਦਾ ਮਾਲਿਕ ਹੁਸੈਨ ਕਈ ਬੰਦੇ ਨਵਾਂ ਬੰਦਾ ਸਮਝ ਕੇ ਨਹੀਂ ਬੋਲਦੇ ਲੇਕਿਨ ਜ਼ਿਕਰ ਨੂੰ ਸਾਹਮਣੇ ਰੱਖੋ ਜ਼ਾਕਰ ਨੂੰ ਤੁਹਾਡੀ ਮੁਹੱਬਤ ਹੈ ਮੈਂ ਆ ਗਿਆ ਸਹੀ ਤੁਹਾਡੀਆਂ ਜ਼ਿਆਰਤਾਂ ਨਸੀਬ ਹੋ ਗਈਆਂ ਕੋਸ਼ਿਸ਼ ਕਰੇ ਸਾਂ ਜੋ ਕੁਛ ਮੇਰੇ ਕੋਲ ਹੈ ਪਾਕਾਂ ਦਾ ਸਦਕਾ ਤੁਹਾਡੀ ਦੁਆਵਾਂ ਦਾ ਅਸਰ ਅੱਲਾਹ ਅਲਬੈਤ ਤੁਹਾਨੂੰ ਰੰਗ ਲਾਵੇ ਕੌਣ ਹੁਸੈਨ ਕਿਸ ਅਜ਼ਮਤ ਦਾ ਮਾਲਿਕ ਹੁਸੈਨ ਇਹ ਚੀਜ਼ ਸਾਹਮਣੇ ਰੱਖਣੀ ਹੈ ਕਸੀਦੇ ਸ਼ੁਰੂ ਹੋਇਆ ਚਰਚਾ ਜਹਾਂ ਤੇ ਘਰ ਘਰ ਹੁਸੈਨ ਦਾ ਹੋਇਆ ਚਰਚਾ ਹਰ ਇੱਕ ਜਸਦੀ ਨੂੰ ਡਰ ਹੁਸੈਨ ਦਾ
ਉਮਰ ਮਾਲਿਕ ਹੁਸੈਨ ਸ਼ੇਰ ਸੁਣਾਵਾ ਤੁਹਾਡੇ ਹੱਥ ਹਰ ਜਾਵੇ ਤੇ ਮੈਂ ਪਿਆਦਾ ਰੱਬ ਨੂੰ ਰੱਬ ਮੰਨਵਾ ਵੜ ਤੁਰਿਆ ਕੈ ਤੂੰ ਵੀ ਨਾ ਰੁਕਿਆ ਰੱਬ ਨੂੰ ਰੱਬ ਮੰਨਵਾ ਵੜ ਤੁਰਿਆ ਕੈ ਤੂੰ ਵੀ ਨਾ ਰੁਕਿਆ ਰੱਬ ਨੂੰ ਰੱਬ ਮੰਨਵਾ ਵੜ ਤੁਰਿਆ ਕੈ ਤੂੰ ਵੀ ਨਾ ਰੁਕਿਆ ਨੌ ਲੱਖ ਫੌਜ ਨੇ ਚਾਰੇ ਕੀਤੇ ਈਦਾ ਸਰ ਨਾ ਝੁਕਿਆ ਤਨ ਤੂੰ ਕੱਟ ਕੇ ਵੀ ਉੱਚਾ ਹੈ ਸਰ ਹੁਸੈਨ ਜਿੰਦ ਰਹੋ ਤੁਸੀਂ ਜੀ ਉਤੋਂ ਦੇ ਬੱਚੇ ਜੀਵਨ ਹੁਣ ਜਿਹੜਾ ਸ਼ੇਰ ਪੜ੍ਹ ਲਏ ਬਈ ਜਿਹੜੇ ਗਾਜ਼ੀ ਦੇ ਮੁਰੀਦ ਬੈਠੇ ਹੋ ਉਹਨਾਂ ਵਾਸਤੇ ਸ਼ੇਰ ਪੜ੍ਹਨੇ ਗਾਜ਼ੀ ਅਲਮਾ ਵਾਲੇ ਦਾ ਸ਼ੇਰ ਸੁਣਾਵਾ ਤੇਰੇ ਹੱਥ ਹਰ ਜਾਵੇ ਮੈਂ ਪਿਆਦਾ ਗਾਜ਼ੀ ਅਲਮਾ ਵਾਲੇ ਦਾ ਰੱਬ ਇਤਨਾ ਸ਼ਾਨ ਵਧਾਇਆ ਗਾਜ਼ੀ ਅਲਮਾ ਵਾਲੇ ਦਾ ਰੱਬ ਇਤਨਾ ਸ਼ਾਨ ਵਧਾਇਆ ਗਾਜ਼ੀ ਅਲਮਾ ਵਾਲੇ ਦਾ ਰੱਬ ਇਤਨਾ ਸ਼ਾਨ ਵਧਾਇਆ ਜੈ ਕੂ ਖਾਲਕ ਅਕਬਰ ਨੇ ਹੈਦਰ ਦੇ ਵਾਂਗ ਬਣਾਇਆ ਉਹਾ ਗਾਜ਼ੀ ਸਾਡਾ ਵੇ ਨੌਕਰ ਹੁਸੈਨ ਦਾ ਅੱਲਾ ਤੋਂ ਬਾਅਦ ਰੱਖੇ ਹਮੇਸ਼ਾ ਹੀ ਜ਼ਿਕਰ ਨਸੀਬ ਹੋਵੇ ਇੱਕ ਸ਼ੇਰ ਮੈਂ ਅਗਰ ਆਖੂ ਤਾਂ ਹੋਰ ਸੁਣਾ ਛੋੜਾਂ ਇੱਕ ਸਲਵਾਤ ਉੱਚੀ ਆਵਾਜ਼ ਦਿਲ ਚਾਹੁੰਦਾ ਹੈ ਇੱਕ ਸ਼ੇਰ ਮਰਹੂਮ ਦੀ ਯਾਦ ਤਾਜ਼ਾ ਕਰੀ ਹਾਫਿਜ਼ ਮੁਹੰਮਦ ਅਲੀ ਖਾਨ ਅਗਰ ਤੁਸੀਂ ਸਾਰੇ ਆਖੋ ਤਾਂ ਮੈਂ ਇੱਕ ਸ਼ੇਰ ਪੜ੍ਹਦਾ ਹਾਂ ਉਹਨਾਂ ਦੀ ਦਰਜਾਤ ਦੀ ਬੁਲੰਦੀ ਵਾਸਤੇ ਇਹ ਸ਼ੇਰ ਪੜ੍ਹਨਾ ਜਿਹੜੇ ਬਜ਼ੁਰਗ ਮੇਰੇ ਸਾਹਮਣੇ ਤਸ਼ਰੀਫ ਫਰਮਾਏ ਹਨ ਜਿਹਨਾਂ ਉਹਨਾਂ ਨੂੰ ਅੱਗੇ ਬਹਿ ਕੇ ਸੁਣੇ 35-40 ਸਾਲ ਪੁਰਾਣਾ ਕਸੀਦਾ ਜਿਹੜਾ ਮੈਂ ਸ਼ੁਰੂ ਕਰਨ ਲੱਗਾ ਠੀਕ ਹੈ ਘਬਰਾ ਤਾਂ ਰਹੋਗੇ ਬਾਬਾ ਕਸੀਦਾ ਸੁਣਾਂਗੇ ਨਾ ਨਾ ਪਿਆਰਾ ਅਲੀ ਦਾ ਪਹਿਲਾ ਨੰਬਰ ਮਾਸਕ ਮਲੰਗਾ ਦੀ ਪਹਿਚਾਨ ਹੈ ਰੱਬ ਦੇ ਸੌਦੇਰ ਦਾ ਇਮਾਨ ਹੈ ਇਹ ਜੱਗ ਦਾ ਅਮੀਰ ਇਹਦਾ ਹੱਥ ਤੱਕ ਦੀ ਇਹਦਾ ਹੱਥ ਵਿੱਚ ਹੱਕ ਦੀ ਰਜ਼ਾ ਇਕੋ ਨਾਰਾ ਕੁਛ ਬੰਦੇ ਸੁਬਹ ਦੀ ਨਮਾਜ਼ ਦੇ ਬਾਅਦ ਪਾਕ ਮੁਹੰਮਦ ਮੁਸਤਫਾ ਦੇ ਕੋਲ ਆਏ ਸ਼ੇਰ ਸੁਣਾਵਾ ਨਾ ਜੀ ਆ ਦਿਨ ਸਰਕਾਰ ਸੁਬਹ ਦੀ ਨਮਾਜ਼ ਦੀ ਛੁੱਟੀ ਨਹੀਂ ਵੇ ਦਿੰਦੇ ਫਰਮਾਇਆ ਕਿਉਂ ਪਾਣੀ ਠੰਡਾ ਹੁੰਦੇ ਜਾਂ ਕੋਈ ਹੋਰ ਗੱਲ ਨੇ ਸਰਕਾਰ ਪਾਣੀ ਦੀ ਗੱਲ ਨਹੀਂ ਉਹ ਰਸਤੇ ਤੇ ਯਹੂਦੀ ਦੇ ਘਰ ਹੈ ਤੂੰ ਕੁੱਤਾ ਪਾ ਲਿਆ ਹੈ ਨੁਕਸਾਨ ਕਰਦੇ ਜ਼ਖਮੀ ਹੋਵੇ ਨੇ ਫਰਮਾਇਆ ਕੁੱਤੇ ਦੇ ਡਰ ਤੂੰ ਨਮਾਜ਼ ਸੁਣਦੇ ਹੋ ਆਓ ਯਹੂਦੀ ਨਾਲ ਮੈਂ ਗੱਲ ਕਰਦਾ ਯਹੂਦੀ ਤੇ ਬੂਹੇ ਤੇ ਆ ਗਏ ਤੇ ਕਲਬਾ ਆਪੀ ਤਾਂ ਯਹੂਦੀ ਬਾਹਰ ਆਇਆ
ਸਰਕਾਰ ਫਰਮਾਇਆ ਕੁੱਤਾ ਤੇਰਾ ਹੈ, ਤੁਸੀਂ ਚੁੱਪ ਕਰ ਗਏ ਹੋ, ਗੱਲ ਮੈਂ ਹੋਰ ਕਰਨੀ। ਸਰਕਾਰ ਫਰਮਾਇਆ ਕੁੱਤਾ ਤੇਰਾ ਹੈ, ਆਦਾ ਜੀ ਹਾਂ ਮੈਂ ਵੀ ਹਿੰਗ ਰੱਖੇ ਹੋਏ। ਸਮਝ ਆਈ ਮੇਰੀ ਗੱਲ ਦੀ? ਮੈਂ ਵੀ ਇੱਕ ਰੱਖੇ, ਕੋਈ ਨਾ ਘਰ ਵਾਲਾ ਬਣਿਆ ਨਹੀਂ, ਆਇਨ ਦਾ ਗਲਤੀ ਨਾ ਸੀ। ਫਰਮਾਇਆ ਤੂੰ ਸਾਈਡ ਤੇ ਹੋ ਨਾ ਤੇ ਕੁੱਤੇ ਨੂੰ ਲੈ ਆ। ਕੁੱਤਾ ਆਇਆ, ਸਰਕਾਰ ਫਰਮਾਇਆ ਇਹਨਾਂ ਨੂੰ ਤੈਂ ਪੱਟੇ ਆਦਾ ਜੀ ਮੈਂ ਪੱਟੇ, ਤੇ ਮੈਂ ਕੋਈ ਅੱਜ ਪੱਟੇ, ਮੈਨੂੰ ਜਿੱਥੇ ਲੱਭੇ ਮੈਂ ਵੱਧ ਨਾ ਛੋੜੇ। ਫਰਮਾਇਆ ਕਿਉਂ ਤੇਰੀ ਕਿਸਮਤ ਖਾਵੇ ਜਾਂ ਕੋਈ ਹੋਰ ਗੱਲ ਹੈ? ਕੁੱਤੇ ਕੋ ਖਾਲਕ ਨੇ ਕੂਫਾ ਤੇ ਨਾ ਦੇ ਕਾ ਅਦਾ ਕੀਤੀ। ਕੁੱਤਾ ਵੀ ਦੁਬਾਰੇ ਪਾਕ ਮੁਹੰਮਦ ਪਾਸ ਨੂੰ ਖਤਮ ਹੋ ਗਿਆ, ਸਰਕਾਰ ਇਹਨਾਂ ਨਾਲ ਮੇਰੀ ਕੋਈ ਅਦਾਵਤ ਨਹੀਂ, ਮੈਂ ਗੱਲ ਪਾਵਾਂ ਮੇਰੀ ਆਦਤ ਨਹੀਂ। ਪੁੱਛੋ ਇਹਨਾਂ ਤੋਂ ਹਜ਼ੂਰ ਕਿਹੜਾ ਕੀਤਾ ਨੇ ਕਸੂਰ, ਮੈਂ ਤਾਂ ਚੁੱਪ ਨਹੀਂ ਰਹਿ ਸੰਗਿਆ ਇਹ ਸ਼ਿਕਵਾ ਕਰੇ ਇਲਾਕੇ ਵੱਲੋਂ। ਮੈਂ ਦੁਨੀਆ ਦਾ ਦਸਤੂਰ ਦੱਸੈਨਾ, ਪਿਰਣਾ ਤੋਂ ਸਾਫ ਹੈ। ਸਰ
I love it.